दरख्वास्त करते हैं सारे वीरां दा अपने यूट्यूब चैनल पूरी कारोबार से एक बार कर ते अज अपने नाल जुड़ गए ने अमित वीर जी। सस्काल वीर जी। सस्काल जी। और जी किवें हो? बहुत वधिया। पानी पुनी ते बचे हो? पानी दा बचाव आ, बाकी सारे भी वीरां नू यही दुआ करदे हां कि सारे अपने अपने नुकसान तो बचन, पर बाकी मदद करो एक दूजे की जिनी वध तों वध हो सकती है, क्योंकि हालात थोड़े जिहे नाजुक ने। चलो जी आपां करदे आ इहना गड्डी दी गल, पर वीडियो स्टार्ट होने तो पहले सारे वीर रिक्वेस्ट है भाई लाइक लुक कर लो, शेयर थोड़ी मर्जी आ, सबसक्राइब थोड़ी मर्जी आ। तो अज अपने उन्होंने ये अज आ गई ने अपने को तीन गड्डिया आईटन 1.1 छोटे इंजन वाली, आईटन 1.1 छोटे इंजन वाली ये भी, तो ये गड्डी आ गई है 2011 मॉडल LXi ये कार है जी। तो देंगे अमृत वीर जी डिटेल। वीर जी की स्टेटस है गड्डी का? 2011 ठीक है जी LXi गड्डी है, केटन ਜਾਣੀ ਆਪਾਂ ਇਹਨੂੰ ਮਾੜੀ ਵੀ ਨਹੀਂ ਕਹਿ ਸਕਦੇ, ਬਾਲੀ ਵਧੀਆ ਵੀ ਨਹੀਂ ਕਹਿ ਸਕਦੇ, ਮਤਲਬ ਆਪਣਾ ਕਨਸੈਪਟ ਇਹ ਬੀ ਕਲਾਸ ਕਾਰ ਆ ਸਾਡੇ ਕਨਸੈਪਟ ਮੁਤਾਬਕ। ਕਨਸੈਪਟ ਤਾਂ ਥੋੜੀ ਅਲੱਗ ਆ, ਕਸਟਮਰ ਦੀ ਕਾਰ ਆ ਇਹ, ਉਹਨਾਂ ਨੇ ਬਹੁਤ ਵਾਰੀ ਕਿਹਾ ਤਾਂ ਫਿਰ ਉਸ ਹਿਸਾਬ ਨਾਲ ਆਪਾਂ ਗੱਡੀ ਇਹ, ਚਲੋ ਆਪਾਂ ਆਪਣੇ ਕਾਰ ਵਿਆਰ ਚ ਲਏ ਤੇ ਗੱਡੀ ਵਿਕਣ ਵਾਸਤੇ ਹੀ ਆ। ਲਾਏ ਲੱਗੇ ਨੇ ਸਾਈਡਾਂ ਸੂਗਾ ਟਚਿੰਗ ਨੇ ਠੀਕ ਹੈ ਜੀ, ਤੇ 75,000 ਚੱਲ ਗਈ। 75,000 ਚੱਲੀ ਆ। ਇੰਟੀਰੀਅਰ ਵਗੈਰਾ ਕਿਵੇਂ? ਪੋਸ਼ਿੰਗ ਵਗੈਰਾ ਇੰਟੀਰੀਅਰ ਠੀਕ ਆ, ਠੀਕ ਆ, ਕਸਟਮਰ ਕਾਰ ਆ। ਠੀਕ ਹੈ, ਦਿਖਾਓ ਜੀ ਪੋਸ਼ਿੰਗ, ਦੇਖ ਸਕਦੇ ਹੋ ਤੁਸੀਂ ਪੋਸ਼ਿੰਗ ਵਗੈਰਾ ਵੀ ਜੀ। ਤਾਜ਼ੀ ਕਰਾਈਆ ਪੋਸ਼ਿੰਗ ਇਹ ਤਾਂ ਨਹੀਂ? ਹਾਂ ਜੀ ਹਾਂ, ਇਹ ਤਾਂ ਨਹੀਂ ਕਰਾਈਆ। ਬਾਕੀ LXi ਮਾਡਲ ਆ ਜੀ, ਪਾਵਰ ਸਟੀਅਰਿੰਗ ਵਾਲਾ ਮਾਡਲ ਆਂਦਾ, ਬਾਕੀ ਸੀਡੀ ਸੂਡੀ ਵਗੈਰਾ ਸਾਰਾ ਕੁਝ ਵਰਕਿੰਗ ਆ। ਇੰਜਨ ਏਸੀ ਵੀਰ ਜੀ ਕਿਵੇਂ ਗੱਡੀ ਦਾ? ਏਸੀ ਸਭ ਕੁਝ ਵਰਕਿੰਗ ਆ, ਏਸੀ ਉਸੀ ਵਗੈਰਾ ਸਭ ਕੁਝ ਵਰਕਿੰਗ ਆ, ਤੇ ਪਿਛਲੇ ਟਾਇਰ ਹੈਗੇ ਨੇ ਇਹ ਤਾਂ ਵੀਰ 30-40 ਪੈਸੇ ਆਣੇ ਨਾ ਜੀ। ਹਾਂ, 30-40% ਇਹ ਟਾਇਰ ਨੇ, ਦੇਖ ਸਕਦੇ ਹੋ ਤੁਸੀਂ। ਤੇ ਅਲਾਈ ਵੀਲ ਆਪਾਂ ਦੱਸ ਦਿੱਤਾ ਤੁਹਾਨੂੰ, ਅਲਾਈ ਵੀਲ ਵਗੈਰਾ ਲੱਗੇ ਹੋਏ ਨੇ। ਬੈਕ ਤੋਂ ਦਿਖਾਓ ਜੀ ਕਰ, ਡੱਗੀ ਰੁਕੀ ਕਿਵੇਂ ਵੀਰ ਜੀ ਗੱਡੀ ਦੀ? ਠੀਕ ਆ, ਬਿਲਕੁਲ ਵਧੀਆ। ਠੀਕ ਆ ਜੀ, ਡੱਗੀ ਰੁਕੀ ਵਗੈਰਾ ਦੇਖ ਸਕਦੇ ਹੋ ਤੁਸੀਂ, LXi ਮਾਡਲ ਸੋਦੇ LXi ਪਾਵਰ ਸਟੀਅਰਿੰਗ ਵਾਲਾ ਮਾਡਲ। ਜਿਵੇਂ ਵੀਰ ਜੀ ਪੇਂਟ ਦੀ ਗੱਲ ਕਰੀਏ ਆਪਾਂ, ਡਰਾਈਵਰ ਸਾਈਡ ਤੋਂ, ਡਰਾਈਵਰ ਸਾਈਡ ਦਾ ਪੇਂਟ ਹੀ ਆ ਜੀ, ਠੀਕ ਆ ਜੀ, ਤੇ ਕਨੈਕਟਰ ਸਾਈਡ ਜੀ? ਆਪਾਂ ਤੁਹਾਨੂੰ ਸਟਾਰਟਿੰਗ ਜਿਹਦੇ ਵੀ ਸਾਈਡਾਂ ਪੇਂਟ ਕਰ, ਸਾਈਡਾਂ ਪੇਂਟ ਕਰ ਆ, ਠੀਕ ਆ ਜੀ, ਸਾਈਡਾਂ ਪੇਂਟ ਨੇ ਗੱਡੀ ਦੀਆਂ। ਛੱਤ ਓਰੀਜਨਲ ਆ, ਮਾੜੀ ਮੋਟੀ ਡਿੱਗੀ ਹਲਕੀ ਫੁਲਕੀ ਓਰੀਜਨਲ ਹਲਕੀ ਫੁਲਕੀ ਫੁਹਾਰ ਹੈਗੀ ਆ, ਮਤਲਬ ਕਿ ਇਹ ਕਹਿ ਸਕਦੇ ਆ ਆਪਾਂ ਇਹ ਘੱਟ ਰੇਟ ਵਾਲੀ ਕਾਰ ਆ। ਜਿਹੜੇ ਕੋਈ ਵੀਰ ਕਈ ਵਾਰ ਕਹਿੰਦੇ ਨੇ ਲਾਂਭਾ ਦਿੰਦੇ ਸਾਨੂੰ ਵੀ ਘੱਟ ਰੇਟ ਵਾਲੀ ਕਾਰ ਦਿਖਾਓ, ਤਾਂ ਇਹ ਘੱਟ ਰੇਟ ਵਾਲੀ ਕਾਰ ਆ, ਪਰ ਹੈਗੀ ਦੇਖੋ ਮੀਡੀਅਮ ਗੱਡੀ ਆ। ਬੈਕ ਤੋਂ ਦਿਖਾਓ ਜੀ ਕਾਰ ਇੰਟੀਰੀਅਰ, ਲਓ ਜੀ ਇੰਟੀਰੀਅਰ ਦੇਖ ਸਕਦੇ ਕਾਰ। ਮੈਟਿੰਗ ਮੂਟਿੰਗ ਵਗੈਰਾ ਹੋਈ ਆ, ਪੋਸ਼ਿੰਗ ਮਸ਼ੀਨ ਵਗੈਰਾ ਵਧੀਆ ਗੱਡੀ ਦੀ। ਕਨੈਕਟਰ ਸਾਈਡ ਤੋਂ ਦਿਖਾਓ ਜੀ ਕਾਰ, ਲਓ ਜੀ ਕਨੈਕਟਰ ਸਾਈਡ ਤੋਂ ਵੀ ਦੇਖ ਸਕਦੇ ਹੋ। ਇੰਜਨ ਇੰਜਨ ਦੀ ਵੀਰ ਜੀ ਕਿਵੇਂ ਗੱਡੀ? ਵਧੀਆ ਕੰਡੀਸ਼ਨ ਆ, ਫਰੰਟ ਸ਼ੀਸ਼ਾ ਵਗੈਰਾ ਗੱਡੀ ਦਾ ਪਿਆ ਹੋਇਆ, ਤੇ ਆਪਾਂ ਇੰਜਨ ਦੀ ਦਿਖਾਉਂਦੇ ਹਾਂ ਸਟਾਰਟ ਕਰਕੇ ਕਰ। ਵੀ ਜੀ ਬੌਂਡ ਵਗੈਰਾ ਵੀ ਪੇਂਟ ਹੀ ਹੋਇਆ ਗੱਡੀ ਦਾ? ਹਾਂਜੀ, ਬੌਂਡ ਪੇਂਟ ਆ, ਆਪਾਂ ਤੁਹਾਨੂੰ ਸਾਈਡਾਂ ਪੇਂਟ ਕਿਹਾ ਪਹਿਲਾਂ ਹੀ। ਹਾਂਜੀ ਹਾਂ, ਬੌਂਡ ਵਗੈਰਾ ਪੇਂਟ ਆ, ਬਾਕੀ ਐਪਰਨ ਵਗੈਰਾ ਥੋੜੇ ਸਾਹਮਣੇ ਨੇ। ਇੰਜਨ ਉਂਜਨ ਦੀ ਕੋਈ ਬਲੋ ਨਹੀਂ, ਕੋਈ ਛਿੱਟਾ ਨਹੀਂ ਦੇ ਸਕਦੇ ਹੋ। ਆਵਾਜ਼ ਵੀ ਤਾਂ ਠੀਕ ਆ ਜੀ? ਬਿਲਕੁਲ ਠੀਕ ਆ। ਏਸੀ ਉਸੀ ਵਗੈਰਾ ਗੱਡੀ ਦਾ ਵਰਕਿੰਗ ਆ, ਦੇ ਸਕਦੇ ਹੋ। ਵੀਰ ਜੀ ਇੰਜਨ ਦੀ ਕਾਰ ਦੇਖ ਲਿਆ, ਚਲੋ ਇਹ ਆਪਾਂ ਦੇਖ ਲਈ ਮੀਡੀਅਮ ਕਲਾਸ ਗੱਡੀ, ਮੀਡੀਅਮ ਕਲਾਸ ਬੀ ਕਲਾਸ ਗੱਡੀ ਕਹਿ ਸਕਦੇ ਹਾਂ। ਤੇ ਆਪਾਂ ਇਹਦੇ ਗੱਡੀ ਦੇ ਰੇਟ ਦੀ ਗੱਲ ਕਰੀਏ, ਰੇਟ ਕਿਹੋ ਗੱਡੀ ਦੇ? 1,55,000 ਰੁਪਇਆ ਵਿਦ NOC ਪੰਜਾਬ। ਠੀਕ ਹੈ ਜੀ, ਦੇ ਦਾਂਗੇ। ਇੱਕ ਹੋਰ ਗੱਲ ਆ ਵੀ ਜਿਹੜੇ ਭਰਾ ਦਾ ਸਿਬਲ ਵਧੀਆ ਆਊਗਾ ਜੀ, 1.5 ਲੱਖ ਦੇ ਆਸ ਪਾਸ ਤੇ ਲੋਨ ਵੀ ਹੋ ਜਾਊਗਾ। ਮਤਲਬ ਕਿ 45,000 ਰੁਪਇਆ ਵਿਦ ਨੌ ਕਰਾ ਕੇ 45-50,000 ਰੁਪਇਆ ਪਿਆ। ਹਾਂ, ਬਸ ਇੰਨਾ ਹੀ ਪਊ, 45-50,000 ਰੁਪਇਆ ਵਿੱਚ ਪਊਗਾ ਇਹ ਗੱਡੀ ਦੇ। ਤੇ ਛੋਟੇ ਬਜਟ ਵਾਲੀ ਕਾਰ ਆ, ਜਿਹੜਾ ਕੋਈ ਵੀਰ ਕੋਈ ਘੱਟ ਰੇਟ ਵਾਲੀ ਗੱਡੀ ਲੈਣਾ ਚਾਹੁੰਦਾ ਤਾਂ ਆਪਣੇ ਕੋਲ ਹਾਜ਼ਰ ਆ। ਹੁਣ ਇਹ ਨਾ ਕਿਹਾ ਵੀ ਗੱਡੀ ਦਾ ਰੇਟ ਤੇਜ਼ ਆ, ਹੁਣ ਆਪਾਂ ਤੁਹਾਡੇ ਵਾਸਤੇ ਘੱਟ ਰੇਟ ਵਾਲੀ ਕਾਰ ਵੀ ਲੈ ਕੇ ਆ ਗਏ ਆ। ਤੇ ਨੈਕਸਟ ਕਾਰ ਆਪਾਂ ਦਿਖਾਈ ਸੀ ਪਿਛਲੀ ਵੀਡੀਓ 'ਚ, ਇਹ ਆ ਗਈ ਆ 2009 ਮਾਡਲ ਆਈਟਨ 1.1। ਤੇ ਵੀਰ ਜੀ ਪੇਂਟ ਪੁੰਟ ਦੀ ਕੀ ਡਿਟੇਲ ਆ ਗੱਡੀ ਦੀ? ਇਹ ਕਾਰ ਵੀ ਸਾਡਾ ਪੇਂਟ ਹੀ ਆ। ਠੀਕ ਆ ਜੀ, ਲੱਗੀ ਵੱਜੀ ਕੋਈ ਨਹੀਂ, ਫਸਟ ਓਨਰ ਆ, ਥਰਡ ਪਾਰਟੀ ਇੰਸ਼ੋਰੈਂਸ ਆ। ਠੀਕ ਆ ਜੀ, 75,000 ਚੱਲ ਗਈ। ਠੀਕ ਆ ਜੀ, ਕਾਰ ਵਧੀਆ, ਇਹ 1.1 ਆ ਗਈ, ਇਹ 1.1 ਇਹਦੀ 18 ਤੋਂ 20 ਦੀ ਐਵਰੇਜ ਆ। ਹਾਂ, 18 ਛੋਟੇ ਇੰਜਨ ਵਾਲੀ ਆ। ਠੀਕ ਆ ਜੀ, ਏਸੀ ਉਸੀ ਵਗੈਰਾ ਗੱਡੀ ਦਾ ਵਰਕਿੰਗ ਆ, ਦਿਖਾਓ ਜੀ ਗੱਡੀ। ਮੂਲੇ ਟਾਇਰ ਕਿਵੇਂ ਨੇ ਵੀਰ ਜੀ? ਮੂਲੇ ਟਾਇਰ ਦਾ 70% ਨੇ, ਦੇ ਸਕਦੇ ਆਪਾਂ ਪਿਛਲੀ ਵੀਡੀਓ 'ਚ ਦਿਖਾਈ ਸੀ ਕਾਰ ਇਹ। ਤੇ ਇੰਟੀਰੀਅਰ ਦਿਖਾਓ ਜੀ ਕਾਰ, ਮਾੜੀ ਮੋਟੀ ਮਾਰੋ ਇੰਟੀਰੀਅਰ 'ਤੇ ਨਿਗਾਹ। ਲਓ ਜੀ ਇੰਟੀਰੀਅਰ ਦੀ ਦੇ ਸਕਦੇ ਹੋ ਕਾਰ, ਇਹ ਡਿਊਲ ਟਿਊਨ ਵਾਲਾ ਆਉਂਦਾ ਹੈ ਵੀਰ ਜੀ ਇਹਦੇ 'ਚ? ਇਹ 'ਚ ਡਿਊਲ ਟਿਊਨ ਹੀ ਆਉਂਦਾ, ਡਿਊਲ ਟਿਊਨ ਹੀ ਆਉਂਦਾ ਇਹਦੇ 'ਚ। ਤੇ 5-speed ਗੱਡੀ ਆ, ਏਸੀ ਗੱਡੀ ਦਾ ਵਰਕਿੰਗ, ਤੇ 2 ਪਾਵਰ ਵਿੰਡੋ ਆ। ਪਿਛਲੀ ਵੀਡੀਓ 'ਚ ਆਪਾਂ ਇਹ ਕਾਰ ਦਿਖਾਈ ਸੀ, ਉਦੋਂ ਵੀ ਅਮਰਤ ਵੀਰ ਜੀ ਗੈਰ ਹਾਜ਼ਰ ਸੀ, ਤੇ ਆਪਾਂ ਦੁਬਾਰਾ ਹੁਣ ਇਹ 3 ਗੱਡੀਆਂ ਦਾ ਕਨਸੈਪਟ ਲੈ ਕੇ ਆਏ ਹਾਂ। ਸਿੰਗਲ ਗੱਡੀ ਦਿਖਾਉਂਦੇ ਆ ਕਿ ਆਪਾਂ, ਪਰ ਇਹ ਘੱਟ ਰੇਟ ਵਾਲੀ ਕਾਰਾਂ ਨੇ ਸਾਰੀਆਂ, ਇਹ ਤਕਰੀਬਨ 1.5 ਲੱਖ ਦੀ ਰੇਂਜ 'ਚ ਗੱਡੀਆਂ ਨੇ। ਤੇ ਦਿਖਾਓ ਜੀ ਕਨੈਕਟਰ ਨੰਬਰ ਲਾ ਕੇ ਜਾਣੀ, 1.25 ਲੱਖ ਦੇ ਆਸ ਪਾਸ ਸਾਰੀਆਂ ਗੱਡੀਆਂ ਪੈਂਦੀਆਂ ਨੇ।
ਠੀਕ ਹੈ ਜੀ ਅੰਡਰ 2 ਲੱਖ ਕਹਿ ਸਕਦੇ ਆਪਾਂ ਹਾਂ ਬਾ 1.5 ਲੱਖ ਦੇ ਨੇੜੇ ਤੇ ਆਪਾਂ ਕਹਿ ਰਹੇ ਹਾਂ ਜੀ 1.5 ਲੱਖ ਦੇ ਨੇੜੇ ਤੇ ਹੁਣ ਇਹ ਨਾ ਕਿ ਉਹ ਵੀ ਗੱਡੀ ਦਾ ਇਹ ਰੇਟ ਤੇ ਹੀ ਆ ਜੀ ਠੀਕ ਹੈ ਜੀ ਇਹ ਘੱਟ ਰੇਟ ਵਾਲੀ ਕਾਰ ਆ ਪਿਛਲੀ ਵੀਡੀਓ ਚ ਪਾ ਦਿਖਾਈ ਆ ਤੇ ਡੱਗੀ ਤੋਂ ਦਿਖਾਓ ਜੀ ਕਰ ਇਹ ਐਰਾ ਮਾਡਲ ਆ 111 ਲੋ ਜੀ ਆਪਾਂ ਡੱਗੀ ਤੋਂ ਦੇਖ ਸਕਦੇ ਕਰ ਫੁੱਲ ਹੋਰ ਤਾਂ ਵੀ ਇਹਦੀ ਸਾਫ ਹੀ ਹੋਇਆ ਨਾ ਗੱਡੀ ਦਾ ਹੀ ਬਹੁਤ ਵਧੀਆ ਪਿਆ ਤੇ ਟਾਇਰ ਹੈਗਾ 25 ਤੋਂ 30% ਬਾਕੀ ਆ ਸਾਰਾ ਮੜਿਊਲ ਆ ਜਿਹੜਾ ਹੁੰਦਾ ਇਹਦੇ ਚ ਕੰਪਨੀ ਦਾ ਉਮੀ ਆ ਉਮੀ ਆ ਠੀਕ ਆ ਜੀ ਮਤਲਬ ਆਪਾਂ ਕਹਿ ਸਕਦੇ ਆ ਵੀ ਥੋੜੀ ਮੋਟੀ ਸਾਂਭੀ ਰੱਖੀ ਆ ਕਰੇ ਨਹੀਂ ਇਹ ਚੀਜ਼ਾਂ ਮਿਲਦੀਆਂ ਨਹੀਂ ਹੈਗੀਆਂ ਆਮ ਜੈਕ ਰਾਡ ਪਾਣਾ ਨਾਰਮਲ ਤੌਰ ਤੇ ਆਮ ਹੀ ਪਿਆ ਹੁੰਦਾ ਵਿੱਚ ਪਰ ਇਹ ਉਮੀ ਕਈ ਵਾਰੀ ਜੈਕ ਪਾਣਾ ਰਾਡ ਵੀ ਨਹੀਂ ਹੁੰਦਾ ਗੱਡੀਆਂ ਦੇ ਹਾਂਜੀ ਹਾਂਜੀ ਬਿਲਕੁਲ ਜੀ ਉਮੀ ਸਕੰਜੇ ਵਿੱਚ ਜਿਵੇਂ ਕੰਪਨੀ ਦਾ ਹੁੰਦਾ ਉਮੀ ਪਿਆ ਤੇ ਦਿਖਾਓ ਜੀ ਇਧਰੋਂ ਕਨੈਕਟਰ ਸਾਈਡ ਤੋਂ ਕਰ ਲੋ ਜੀ ਕਨੈਕਟਰ ਸਾਈਡ ਤੇ ਦੇ ਦਿਓ ਕਰ ਵੀ ਜੀ ਇਧਰੋਂ ਸਾਈਡ ਤੋਂ ਇਹ ਵੀ ਟਚਿੰਗ ਹੈਗੀ ਆ ਉਹ ਐਕਸੀਡੈਂਟ ਨਹੀਂ ਹੈਗਾ ਠੀਕ ਆ ਜੀ ਆਪਾਂ ਪਿਛਲੀ ਵੀਡੀਓ ਚ ਡਿਟੇਲ ਦੇਤੀ ਸੀ ਇਹ ਗੱਡੀ ਦੀ ਬਾਕੀ ਲਾਈਕ ਲੁੱਕ ਕਰਦਾ ਕਰੋ ਵਿੱਚ ਵਿਚਾਲੇ ਐਵੇਂ ਕਮੀ ਨਾ ਛੱਡਿਆ ਕਰੋ ਲਾਈਕ ਦੀ ਇੰਟੀਰੀਅਰ ਦੀ ਬਹੁਤ ਵਧੀਆ ਕਾਰ ਆ ਇਹ ਹਾਂਜੀ ਇੰਟੀਰੀਅਰ ਦੀ ਬਹੁਤ ਵਧੀਆ ਕਾਰ ਆ ਲੋ ਜੀ ਕਨੈਕਟਰ ਸਾਈਡ ਤੋਂ ਮਰੋ ਦਿਖਾਓ ਏਸੀ ਉਸੀ ਗੱਡੀ ਦਾ ਵੀਰ ਜੀ ਵਰਕਿੰਗ ਹੈ ਕਨੈਕਟਰ ਸਾਈਡ ਤੇ ਉਹ ਦੇਖ ਲਈਏ ਕਰ ਸਾਈਡਾ ਹੁਟਾ ਗੱਡੀ ਪੇਂਟ ਆ 111 18 ਤੋਂ 20 ਦੀ ਐਵਰੇਜ ਆ ਇੰਸ਼ੋਰ ਥਰਡ ਪਾਰਟੀ ਆ ਦੋਨੇ ਚਾਬੀਆਂ ਨਾਲ ਨੇ ਲੋ ਜੀ ਇੰਜਨ ਦੀ ਦਿਖਾਓ ਵੀਰ ਜੀ ਕਰ ਦੇਖੋ ਆ ਜੋ ਲੋ ਜੀ ਇੰਜਨ ਦੀ ਵੀ ਦੇਖ ਸਕਦੇ ਹੋ ਕਰ ਤੁਸੀਂ ਵਧੀਆ ਐਪਰਨ ਪਰਨ ਕਿਵੇਂ ਨੇ ਗੱਡੀ ਦੇ ਐਪਰਨ ਪਰਨ ਬਿਲਕੁਲ ਵਧੀਆ ਨੇ ਐਪਰਨ ਪਰਨ ਵਗੈਰਾ ਦੇਖ ਸਕਦੇ ਹੋ ਸਾਫ ਸੁਥਰੀ ਨੇ ਬਾਕੀ ਟਚਿੰਗ ਤੁਹਾਨੂੰ ਦੱਸਿਆ ਸੀ ਵੀ ਇਹ ਗੱਡੀ ਦੀ ਟਚਿੰਗ ਵਗੈਰਾ ਹੋਈ ਆ ਬਾਕੀ ਇੰਜਨ ਦੀ ਕੋਈ ਫਲੋ ਨਹੀਂ ਕੋਈ ਫਿੱਟਾ ਨਹੀਂ ਦੇਖ ਸਕਦੇ ਤੇ ਵੀਰ ਜੀ ਇੰਜਨ ਦੇ ਵੀ ਆਪਾਂ ਕਾਰ ਦੇਖ ਲਈ ਬਾਡੀ ਲਾਈਨ ਦੀ ਕਾਰ ਦੇਖ ਲਈ ਆ ਤੇ ਵੀਰ ਜੀ ਰੇਟ ਕਿਹੋ ਗੱਡੀ ਦਾ 1,30,000 ਰੁਪਇਆ ਵਿਦ ਐਨਓਸੀ ਪੰਜਾਬ 1,30,000 ਰੁਪਇਆ ਵਿਦ ਐਨਓਸੀ ਪੰਜਾਬ ਤੇ ਲੋਨ ਵੀਰ ਜੀ ਤੇ ਲੋਨ ਹੋ ਜੂਗਾ ਇਸ ਤੇ ਵਧੀਆ ਲੱਖ ਤੋਂ ਤਕਰੀਬਨ 10-15-20,000 ਸਿੰਪਲ ਤੁਹਾਡਾ ਆਕਣਾ ਜਿਹਦਾ ਤੁਸੀਂ ਦੇਖ ਲਓ ਬਾਕੀ ਤੁਹਾਡਾ ਐ ਲਾ ਲਓ 40,000 ਰੁਪਇਆ ਪਿਆ 40,000 ਤੁਹਾਡਾ ਪਊਗਾ ਲਗਭਗ ਬਾਕੀ ਬੈਂਕ ਦੇ ਖਰਚੇ ਨੇ ਉਹ ਲੱਗਣੇ 40,000 ਰੁਪਇਆ ਤੁਹਾਡਾ ਲਗਭਗ ਹੋਊਗਾ ਲੋਨ ਇਹ ਤੇ ਵੱਧ ਹੋ ਜੂ ਤੁਹਾਡਾ ਛੋਟੇ ਜਿਹੇ ਰੇਟ ਵਾਲੀ ਕਾਰ ਹੈ ਤੇ ਨੈਕਸਟ ਕਾਰ ਤੇ ਆ ਗਏ ਜੀ ਆਪਾਂ ਇਹ ਆ ਗਈ ਆ 2009 ਮਾਡਲ 111 ਵਧੀਆ ਕੰਡੀਸ਼ਨ ਦੀ ਕਾਰ ਟਾਪ ਕੰਡੀਸ਼ਨ ਦੀ ਕਾਰ ਆ ਇਹ ਸਿਰਫ 56,000 ਚੱਲੀ ਆ ਵੀਰ ਜੀ ਦੱਸ ਰਹੇ ਸੀ ਵੀਰ ਜੀ ਬਾਕੀ ਬਾਡੀ ਲਾਈਨ ਦੀ ਕੀ ਕੰਡੀਸ਼ਨ ਆ ਦੋ ਟਾਇਰ ਨਾਲ ਦੇ ਨੇ 86 ਟਾਇਰ ਕਹਿ ਦਿੰਦੇ ਆਪਾਂ ਉਹਨਾਂ ਨੂੰ 2009 ਦੇ ਦੋ ਟਾਇਰ ਲੱਗੇ ਹੋਏ ਨੇ ਪਿਛਲੇ ਲੱਗੇ ਹੋਏ ਨੇ ਹਾਂ ਬਾਡੀ ਲਾਈਨ ਕੰਚ ਵਰਗੀ ਆ ਸਾਰੀ ਗੱਡੀ ਸ਼ੀਲਡ ਆ ਫਰੰਟ ਦੀ ਫਸਟ ਆਪਾਂ ਦਿਖਾਉਂਦੇ ਆ ਇੰਟੀਰੀਅਰ ਦੀ ਕਾਰ ਤੇ ਵੀ ਜੀ ਏਸੀ ਉਸੀ ਗੱਡੀ ਦਾ ਏਸੀ ਚਿਲਡ ਆ ਦੇਖੋ ਮੈਂ ਤੁਹਾਨੂੰ ਚਲਾ ਕੇ ਦਿਖਾ ਰਿਹਾ ਏਸੀ ਚਿਲਡ ਸਰਵਿਸ ਵਗੈਰਾ ਗੱਡੀ ਦੀ ਹੋਈ ਆ ਸਭ ਕੁਝ ਐਨ ਮਤਲਬ ਇਹਦੀ ਦੱਸ ਰਹੀ ਜੀ ਵੀ 10 ਤੋਂ 12,000 ਰੁਪਏ ਏਸੀ ਲੱਗਿਆ 54,000 ਚੱਲ ਗਈ ਬੈਸ ਸਰਵਿਸ ਰਿਕਾਰਡ ਆ ਦੇਖੋ ਤੋ ਲੈਮੀਨੇਸ਼ਨ ਵੀ ਵਗੈਰਾ ਦੇਖੋ ਮੀਟਰ ਦੇ ਜਿਵੇਂ ਵੀ ਹੁੰਦੀ ਆ ਨਾ ਉਵੇਂ ਹੀ ਲੱਗੀ ਆ ਦੇਖ ਸਕਦੇ ਆ ਬਾਕੀ ਸਟੀਅਰਿੰਗ ਦੇਖੋ ਤੁਸੀਂ ਕਿਵੇਂ ਪਿਆ ਸਟੀਅਰਿੰਗ ਤੇ ਜਿਵੇਂ ਉਹ ਹੁੰਦੇ ਨੇ ਆਪਾਂ ਵਰਡ ਜੇ ਹੁੰਦੇ ਨੇ ਜਿਵੇਂ ਹੁੰਦੇ ਡਾਊਟ ਜੇ ਜਿਹੜੇ ਬਣੇ ਨੇ ਹਾਂ ਉਹ ਸਾਰੇ ਦੇਖੋ ਗੱਡੀ ਦੇ ਉਮੀਦ ਉਮੀ ਨੇ ਮਤਲਬ ਘੱਟ ਚੱਲੀ ਦੀ ਪਹਿਚਾਨ ਆ ਹੋਰ ਕੀ ਆ ਆਪਣੀ ਭਾਸ਼ਾ ਵਿੱਚ ਅਸੀਂ ਇਹ ਕਹਿ ਦਿੰਦੇ ਘੱਟ ਚੱਲੀ ਦੀ ਪਹਿਚਾਨ ਡਿਊਲ ਟਿਊਨ ਵਾਲਾ ਇੰਟੀਰੀਅਰ ਦਾ ਗੱਡੀ ਦਾ ਤੇ ਬਾਕੀ ਲੈਦਰ ਦੀ ਵਾਸ਼ਿੰਗ ਆ ਅੰਦਰੋਂ ਵੀਰ ਜੀ ਕਿਵੇਂ ਵਾਸ਼ਿੰਗ ਵੂਸ਼ਿੰਗ ਵਗੈਰਾ ਗੱਡੀ ਹੋਈ ਪੂਰੀ ਸਾਰੀ ਗੱਡੀ ਡਰੈਗ ਲਈ ਨਾ ਹੈ ਠੀਕ ਆ ਜੀ ਬਾਕੀ ਮੀਟਰ ਦੀ ਗੱਲ ਕਰੀਏ ਆਪਾਂ ਮੀਟਰ ਦੀ ਧੂਰੀ ਕਾਰ ਵਿਆਰ ਦੀ ਗੱਡੀਆਂ ਦਾ ਮੀਟਰ ਬੈਕ ਨਹੀਂ ਹੁੰਦਾ ਇਹ ਹਮੇਸ਼ਾ ਧਿਆਨ 'ਚ ਰੱਖਿਓ ਇਹ ਜਿੰਨੀ ਚੱਲੀ ਆ ਸਰਵ ਰਿਪੋਰਟ ਦੇ ਨਾਲ ਚੱਲੀ ਹੋਈ ਆ ਦੋਨੇ ਚਾਬੀਆਂ ਨਾਲ ਵੀਰ ਜੀ ਗੱਡੀ ਦੀ ਦੋਨੇ ਚਾਬੀਆਂ ਨਾਲ ਨੇ ਇੰਸ਼ੋਰੈਂਸ ਥਰਡ ਪਾਰਟੀ ਆ ਲੋ ਜੀ ਆਪਾਂ ਦਿਖਾਉਂਦੇ ਹਾਂ ਹੁਣ ਬਾਹਰੋਂ ਕਾਰ ਤੇ ਵੀਰ ਜੀ ਆਪਾਂ ਜਿਵੇਂ ਸਕ੍ਰੈਚ ਆ ਜਿਵੇਂ ਹਲਕਾ ਫੁਲਕਾ ਜਿਵੇਂ ਇਹ ਜੈਨੂਨ ਆ ਅੱਛਾ ਠੀਕ ਆ ਜੀ ਕੋਈ ਇਹਦੇ ਨਾਲ ਛੇੜ ਛਾੜ ਨਹੀਂ ਹੈ ਆ ਕੁਆਟਰ ਪੈਨਲ ਪੇਂਟ ਕਰਾਇਆ ਆ ਦਿਖਾਓ ਜੀ ਆਪਾਂ ਟੋਲ ਕਹਿ ਦਿੰਦੇ ਆ ਇਹ ਟੋਲ ਪੀਸ ਕਹਿ ਦਿੰਦਾ ਕੁਆਟਰ ਪੈਨਲ ਇਹ ਪੀਸ ਪੇਂਟ ਆ ਵੀਰ ਜੀ ਦੱਸ ਰਹੇ ਨੇ ਠੀਕ ਆ ਜੀ ਬਾਕੀ ਡਿੱਗ ਡਿੱਗੀ ਵੀਰ ਜੀ ਕਿਵੇਂ ਬਹੁਤ ਵਧੀਆ ਤੁਸੀਂ ਦੇਖੋ ਉਸ ਖੋਲ ਕੇ ਬਾਕੀ ਆਹ ਜੀ ਇਹ ਐਰਾ ਮਾਡਲਾਂ ਜੀ ਵੀ ਐਰਾ ਮਾਡਲ ਇਹਦੇ ਚ ਦੋ ਵਿੰਡੋ ਫਰੰਟ ਆਉਂਦੀ ਆ ਠੀਕ ਆ ਜੀ ਚਲੋ ਦਿਖਾਓ ਡਿੱਗੀ ਖੋਲ ਕੇ ਦਿਖਾਓ ਲੋ ਜੀ ਆਪਾਂ ਡੱਗੀ ਖੋਲ ਕੇ ਦੇਖ ਸਕਦੇ ਆ ਕਰ ਬੂਟ ਫਲੋਰ ਕਿਵੇਂ ਵੀਰ ਜੀ ਗੱਡੀ ਦਾ ਦੇਖੋ ਦੇਖੋ ਜੀ ਲੋ ਜੀ ਦੇਖ ਕੇ ਮਨ ਖੁਸ਼ ਹੋ ਜੂ ਮਾਂਜਾ ਪਿਆ ਵੀਰ ਜੀ ਤਾਂ ਹੈ ਜੀ ਪੂਰਾ ਚੰਗੀ ਤਰ੍ਹਾਂ ਮਾਂਜਾ ਕੀ ਇਹ ਹੈ ਹੀ ਇਹਨਾਂ ਨਵਾਂ ਹਾਂ ਜੀ ਬਾਕੀ ਇਹਦਾ ਵੀ ਜਿਵੇਂ ਆਪਾਂ ਕਹਿ ਰਹੇ ਸੀ ਮੋਡਿਊਲ ਉਹਦੇ ਵੀ ਸਭ ਕੁਝ ਨਾਲ ਆ ਜੈਕ ਰਾਡ ਪਾਣੇ ਦਾ ਜੋ ਮੋਡਿਊਲ ਆਂਦਾ ਨਾ ਇਹ ਨਾਲ ਦੀ ਹੈ ਕੰਪਨੀ ਦਾ ਮਤਲਬ ਕਿ ਸਾਮ ਦੀ ਪਹਿਚਾਨ ਬਾਕੀ ਸੋਨੀ ਦੇ ਸਪੀਕਰ ਵਗੈਰਾ ਲੱਗੇ ਨੇ ਚਲੋ ਵਧੀਆ ਕੰਪਨੀ ਦੇ ਸਪੀਕਰ ਲੱਗੇ ਨੇ ਗੱਡੀ ਨੂੰ ਸਟੀਰੀਓ ਸਿਸਟਮ ਵੀ ਗੱਡੀ ਦਾ ਵਧੀਆ ਤੇ ਇਧਰ ਵੀਰ ਜੀ ਦੱਸੋ ਪਹਿਲਾਂ ਪੇਂਟ ਦੱਸੋ ਇਧਰ ਆ ਡੋਰ ਹੈ ਤੱਕ ਕਰਾਇਆ ਸੀ ਠੀਕ ਆ ਜੀ ਹਾਫ ਡੋਰ ਹੈ ਜੀ ਹਾਫ ਡੋਰ ਇਹ ਹਾਫ ਡੋਰ ਗੱਡੀ ਦਾ ਟੱਚਿੰਗ ਹੋਇਆ ਹੈ ਤੇ ਬਾਕੀ ਆਲ ਓਰੀਜਨਲ ਆ ਦਿਖਾਓ ਜੀ ਇਧਰੋਂ ਕਨੈਕਟਰ ਸਾਈਡ ਤੋਂ ਕਰ ਲਓ ਜੀ ਕਨੈਕਟਰ ਸਾਈਡ ਤੋਂ ਵੀ ਦੇਖ ਸਕਦੇ ਹੋ ਇੰਟੀਰੀਅਰ ਦੀ ਕਾਰ ਤੇ ਟਾਇਰ ਦਾ ਵੀਰ ਜੀ ਉਤਲਾ ਸੇਮ ਹੀ ਆ ਨਾ 60-70% ਕਹਿ ਦਿੰਦੇ ਆਪਾਂ ਇਹ 70-80 ਪੈਸੇ ਟਾਇਰ ਨੇ ਪਿਛਲੇ ਠੀਕ ਹੈ ਜੀ ਮੂਰੇ ਨਾਲ ਦੇ ਨੇ 25-30 ਪੈਸੇ ਨੇ 25-30 ਪੈਸੇ ਆਪਾਂ ਕਹਿ ਸਕਦੇ ਆ
लो जी आप देख सकते हो कनेक्टर साइड तो प्रोपर कार टायर तो भीर जी आई वधिया ना स्टिपनी वाला नाल दा ये भी टायर वधिया ये स्टिपनी वाला लगे आऊ जी ठीक है जी ये भी नाल दा ये भी टायर हैगा 60% ते नियर अबाउट लो जी आप इंजन दी थाने स्टार्ट करके कार पहला गल करी आप भीर जी गोड्यां दी मतलब कि एप्रन एप्रन उपर किवें भीर जी गड्डी दे यार सारी शील्ड है किसी चाबी भी नहीं लगी हुई बैटरी हैगी आ 23 दी नवी है बैटरी ऐ ला लो भीर जी 1.5 साल दी भी है गारंटी दी 18 महीने दी गारंटी हुंदी है जी मतलब नवा मुगलैल हड़ वाले हालात ने अपना ध्यान रखो ठीक है ना बिके साडा ड्राइवर गड्डिया लेके आंदा बड़ी संभाल ना गड्डिया लेके आता है बाकी वीडियो वधिया लगी तो फिर वध तो वध लाइक कर लियो वध तो वध शेयर कर लियो मिलते जी फिर नैक्सट वीडियो तद तक सारे वीरां।